ਚਿੱਟੇ ਦਾ ਨਸ਼ਾ ਕਰਦੇ ਠੀਕ ਹੈ ਅੱਜ ਕਿਵੇਂ ਡੈਥ ਹੋਈ ਇਹਨਾਂ ਦੀ ਟੀਕਾ ਲਾਣ ਟੀਕਾ ਕਿੰਨੀ ਦੇਰ ਰਾਤੀ ਰੋਟੀ ਖਾ ਕੇ ਗਿਆ ਮੇਰੇ ਕੋਲ ਚੰਗਾ ਭਲਾ ਜਾਣਾ ਨਹੀਂ ਚਾਹੁੰਦਾ ਸੀ ਉਹ ਪਰ ਜਿੰਨਾਂ ਨਾਲ ਲੱਗਾ ਆ ਪਹਿਲਾਂ ਉਹਦਾ ਮੁੰਡਾ ਲੈਣ ਆਇਆ ਫਿਰ ਉਹਦਾ ਪਿਓ ਆਇਆ ਮੈਨੂੰ ਕਹਿੰਦਾ ਤੂੰ ਉਹਨੂੰ ਝੂਠ ਬੋਲਦੀ ਵੀ ਉਹ ਚਲਾ ਗਿਆ ਇੱਥੋਂ ਜਾਣ ਲੱਗਾ ਮੈਨੂੰ ਇਹ ਵੀ ਕਿਹਾ ਮੈਂ ਕਿਹਾ ਜਾਂ ਸਾਈਕਲ ਲੈ ਜਾ ਜਾਂ ਮੋਪਡ ਲੈ ਜਾ ਕਹਿੰਦਾ ਚੱਲ ਕੋਈ ਜਦੋਂ ਜਾਵਾਂਗਾ ਤੂੰ ਚਲਾ ਜਾ ਪਤਾ ਨਹੀਂ ਕੀ ਉਹਦੇ ਦਿਮਾਗ 'ਚ ਆਈ ਚੁੱਪ ਕਰਕੇ ਚਲਾ ਗਿਆ ਕਹਿੰਦਾ ਮੈਂ ਹੁਣੇ ਆਉਂਦਾ ਤਾਂ ਮੈਂ ਕਿਹਾ ਨਾ ਜਾ ਕਹਿੰਦਾ ਨਹੀਂ ਅੱਜ ਲਾਈਟ ਰਾਤ 12 ਵਜੇ ਤੱਕ ਚੱਲਣੀ ਹੈ ਅੱਜ ਦਾ ਦਿਨ ਹੈਗਾ ਸਿਹਤ ਲੈ ਤਾਂ ਮੈਂ ਕਰ ਰਵਾਂਗਾ ਟੀਕਾ ਲਾਇਆ ਟੀਕਾ ਲਾਇਆ ਨਸ਼ੇ ਦਾ ਉਹਨਾਂ ਨੇ ਟੀਕਾ ਨਸ਼ਾ ਜ਼ਿਆਦਾ ਦੇ ਦਿੱਤਾ ਉਹ ਆਪ ਖੁਦ ਦਿੰਦਾ ਮੁੰਡਾ ਨਸ਼ਾ ਮੈਨੂੰ ਜੋ ਲੈ ਕੇ ਦਿੰਦਾ ਨਸ਼ੇ ਦੇ ਲਾਲਚ ਵਿੱਚ ਲੈ ਗਿਆ ਜ਼ਿਆਦਾ ਲਾ ਬੈਠਾ ਕਰੇ ਦੁਕਾਨ ਤੇ ਬੈਠੇ 11 ਵਜੇ ਫੋਨ ਆਇਆ ਮੈਨੂੰ ਮੈਂ ਜਾ ਕੇ ਵੇਖਿਆ ਤੇ ਮੇਰੇ ਗਾਂਡੇ ਨੂੰ ਡੈਥ ਹੋ ਚੁੱਕੀ ਵੇਖਿਆ ਗਿੱਲਾ ਗੁੱਲਾ ਹੋਇਆ ਪਿਆ ਸੀਗਾ ਪਾਣੀ ਪੂਣੀ ਮੰਜੇ ਦੇ ਜੋ ਵੀ ਬੁਰੇ ਹਾਲ ਥੋੜ੍ਹਾ ਵੇਖ ਕੇ ਪੁੱਛਿਆ ਕਹਿੰਦੇ ਬਸ ਦਰਦ ਕਿੰਨੀ ਦੇਰ ਤੋਂ ਨਸ਼ਾ ਕਰਦਾ ਸੀ ਕੋਈ ਤਕਰੀਬਨ 2-4 ਸਾਲ ਦੇ ਲਗਭਗ ਹੋ ਗਿਆ ਅਤੇ ਤੁਸੀਂ ਮਤਲਬ ਰੋਕਿਆ ਨਹੀਂ ਕਿ ਜਾਂ ਮਤਲਬ ਕਿ ਇਹਨੂੰ ਕਿਵੇਂ ਲੋਕ ਮਤਲਬ ਇਹਨੂੰ ਨਸ਼ੇ ਨੂੰ ਲੈ ਕੇ ਗਏ ਰੋਕੀ ਤਾਂ ਭਾਅ ਜੀ ਜਦੋਂ ਇਸ ਗੰਦੇ ਨਸ਼ੇ 'ਚ ਕੋਈ ਵਰਜੇ ਕੋ ਕਿਸੇ ਦੇ ਆਖੇ ਲੱਗਦਾ ਕੋਈ ਮੈਂ ਤਾਂ ਨਹੀਂ ਵੇਖਿਆ ਅੱਜ ਤੱਕ ਕੋਈ ਲੱਗਿਆ ਤੁਸੀਂ ਕੀ ਸਮਝਦੇ ਹੋ ਵੀ ਮਤਲਬ ਨਸ਼ਾ ਰੁਕਦਾ ਕਿਉਂ ਨਹੀਂ ਪਿਆ ਵੀ ਮਤਲਬ ਕਿ ਮਿਲੀ ਭੁਗਤ ਚੱਲਦੀ ਪਈ ਆ ਜਾਂ ਕੀ ਕਾਰਨ ਚੱਲਦੇ ਪਏ ਮਿਲੀ ਭੁਗਤ ਤੁਹਾਨੂੰ ਪਤਾ ਹੀ ਸਰਕਾਰਾਂ ਹੀ ਮੁਕਾਉਂਦੀਆਂ ਜੀ ਸਰਕਾਰ ਤੋਂ ਬਿਨਾਂ ਸਰਕਾਰ ਚਾਹਵੇ ਤਾਂ 1 ਮਿੰਟ ਦੇ ਵਿੱਚ ਕੁਛ ਵੀ ਬੰਦ ਕਰਾ ਸਕਦੀ ਹੈ ਇੱਥੋਂ ਤੱਕ ਕਿ ਆਪਣਾ ਘਰੋਂ ਬਾਹਰ ਨਿਕਲਣਾ ਬੰਦ ਕਰਾ ਦਿੰਦੀ ਕਈ ਵਾਰੀ ਅਤੇ ਨਸ਼ਾ ਕਿਉਂ ਨਹੀਂ ਬੰਦ ਹੋ ਸਕਦਾ ਅਤੇ ਕਾਬਲ ਸਿੰਘ ਜੀ ਨਾਲ ਹਾਂਜੀ ਨਸ਼ੇ ਕਰਦਾ ਸੀ ਅਤੇ ਇਹਦੀ ਵਜ੍ਹਾ ਨਾਲ ਉੱਥੇ ਛੰਗਾਰਾ ਸਿੰਘ ਸਰਪੰਚ ਉਹ ਉੱਥੇ ਗੰਦਾ ਕੰਮ ਸਾਰੀ ਦਿਹਾੜੀ ਗੰਦ ਉੱਥੇ ਚਲੀ ਜਾਂਦਾ ਅਤੇ ਸਾਡਾ ਬੱਚਾ ਵੀ ਉੱਥੇ ਗਿਆ ਚਲਾ ਅਤੇ ਉੱਥੇ ਟੀਕਾ ਟੂਕਾ ਲਾ ਲਿਆ ਅਤੇ ਕੰਮ ਗਲਤ ਹੋ ਗਿਆ ਸਰ ਛੰਗਾਰਾ ਸਿੰਘ ਸਰਪੰਚ ਉਹਦਾ ਭਤੀਜਾ ਇੱਕ ਪੱਪੂ ਉਹਦਾ ਮੁੰਡਾ ਇੱਕ ਚੰਨਾ ਚੰਨੇ ਦਾ ਸਾਰਾ ਕੰਮ ਹੈ ਹਾਂ ਕਿੰਨੀ ਦੇਰ ਤੋਂ ਇਹ ਨਸ਼ਾ ਚੱਲਦਾ ਇਹ ਚੰਨਾ ਸਾਡੇ ਗੰਦ ਪਿਆ 5 ਸਾਲ ਹੋ ਗਏ ਆਪਣਾ ਪਿੰਡ ਰੁਕਣਾ ਬੇਗੂ ਮੇਰਾ ਭਤੀਜਾ ਕੇਵਲ ਜਿਹੜਾ ਮਰਿਆ ਜੋ ਵੀ ਲਿਖਾ ਰਹੇ ਹੀ ਰੇਡ ਕਰਕੇ ਹੁਣੇ ਉਹਨਾਂ ਨੂੰ ਲਾਉਂਦਾ।